ਜਲੰਧਰ ਜਮਨੀ ਚੋਣ ਦੇ ਲਈ ਪੂਰੀ ਤਰੀਕੇ ਦੇ ਨਾਲ ਅਖਾੜਾ ਪੱਕ ਚੁੱਕਿਆ ਜਿੱਥੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰ ਰਹੇ ਨੇ ਤਾਂ ਭਾਜਪਾ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਕੇਂਦਰੀ ਮੰਤਰੀ ਪਹੁੰਚ ਰਹੇ ਨੇ ਸਰਦਾਰ ਹਰਦੀਪ ਸਿੰਘ ਪੂਰੀ ਹੋਰ ਨਾਲ ਗੱਲਬਾਤ ਕਰਨਗੇ ਪੂਰੀ ਸਾਹਿਬ ਕੀ ਮਾਹੌਲ ਕੀ ਲੱਗ ਰਿਹਾ ਹੈ ਅਬ ਉਹਵਾ ਪੰਜਾਬ ਦੀ ਜਲੰਧਰ ਦੀ ਕੀ ਨਜ਼ਰ ਆ ਰਹੀ ਹੈ ਤੁਹਾਨੂੰ ਦੇਖੋ ਹੈ ਤੇ ਸਿਰਫ ਬਾਈਪੋਲ ਬਾਈ ਇਲੈਕਸ਼ਨ ਨੌਰਮਲੀ ਬਾਈ ਇਲੈਕਸ਼ਨ ਹੈ ਚ ਇਲੈਕਸ਼ਨ ਦਾ ਮਾਹੌਲ ਆਸਾਨੀ ਨਾਲ ਬੰਦਾ ਨਹੀਂ ਹੈ ਦੂਜਾ ਇਹ ਬਾਈ ਇਲੈਕਸ਼ਨ ਹੈਗੀ ਸਿਰਫ 7-8 ਮਹੀਨੇ ਵਾਸਤੇ ਪਰ ਫਿਰ ਵੀ ਇਲੈਕਸ਼ਨ ਦਾ ਮਾਹੌਲ ਬਣ ਰਿਹਾ ਤੇਜ਼ੀ پکڑ ਰਿਹਾ ਜ਼ੋਰ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਚਾਰ ਹੋ ਰਿਹਾ ਤੇ ਮਨੂੰ ਪੂਰਾ ਕੌਨਫੀਡੈਂਸ ਹੈ ਸਾਡੀ ਗਰਾਊਂਡ ਤੇ ਕੋਈ ਮੌਜੂਦਗੀ ਸੀਗੀ ਨਹੀਂ ਪਹਿਲੇ ਕਿਉਂਕਿ 117 ਸੀਟਾਂ ਚੋਂ ਅਸੈਂਬਲੀ ਚ ਅਸੀਂ ਥੇਲ ਮੁਸ਼ਕਲ ਨਾਲ ਲੜਦੇ ਸੀ ਜਲੰਧਰ ਸੀਟ ਅਸੀਂ ਕਦੀ ਆਪਣੇ ਆਪ ਲੜੀ ਨਹੀਂ ਤੇ ਉਸ ਗਠਬੰਧਨ ਵਿੱਚ ਅਸੀਂ ਜੂਨੀਅਰ ਪਾਰਟਨਰ ਸੀਗੇ ਉਸ ਸਬਦੇ باوجود ਇਸ ਵਕਤ ਅਗਰ ਤੁਸੀਂ ਕਿਸੇ ਨੂੰ ਜਾ ਕੇ ਗੱਲ ਕਰ ਲੋ ਭਾਰਤੀ ਜਨਤਾ ਪਾਰਟੀ ਇਸ ਪੁਟਿੰਗ ਆਪ ਅ ਵੈਰੀ ਗੁੱਡ ਫਾਈਟ ਤੇ ਇਸ ਵਕਤ ਇਹ ਨੋਨ ਪੋਜੀਸ਼ਨ ਤੋਂ ਜ਼ੀਰੋ ਪੋਜੀਸ਼ਨ ਤੋਂ ਲੈ ਕੇ ਅਸੀਂ ਵੀ ਆਰ ਇੰਚਿੰਗ ਟੁਵਰਡਸ ਵਿਕਟਰੀ ਇਹ ਨਜ਼ਰ ਤੁਹਾਡੀ ਇਸ ਇਲੈਕਸ਼ਨ ਨੂੰ ਲੈ ਕੇ ਜਾਂ 24 ਦੇ ਮੱਦੇ ਨਜ਼ਰ ਕਿਉਂਕਿ 24 ਚ ਇਕੱਲੇ ਚੋਣ ਲੜਨੀ ਹੈ ਇਹ ਤੁਸੀਂ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਇਸ ਕਰਕੇ ਵੀ ਨਜ਼ਰ ਹੈ ਸ਼ਹਿਰੀ ਵੋਟ ਹੈ ਇਸ ਕਰਕੇ ਵੀ ਨਜ਼ਰ ਦੇਖੋ ਦੋ ਚੀਜ਼ਾਂ ਹੈਗੀਆਂ ਪਹਿਲੇ ਤੇ ਇੱਕ ਚੀਜ਼ ਮੰਨ ਕੇ ਚਲੋ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਤੇ ਦੁਨੀਆ ਵਿੱਚ ਸਭ ਤੋਂ ਵੱਡੀ ਪੋਲਿਟੀਕਲ ਪਾਰਟੀ ਹੈ ਲਾਰਜੈਸਟ ਪੋਲਿਟੀਕਲ ਪਾਰਟੀ ਦੂਜਾ ਅਸੀਂ ਸਾਰੀ ਪੋਲਿਟੀਕਲ ਇਲੈਕਸ਼ਨਸ ਨੂੰ ਸਾਰੀ ਇਲੈਕਸ਼ਨ ਚਾਹੇ ਉਹ ਅਰਬਨ ਲੋਕਲ ਬਾਡੀ ਦੀ ਇਲੈਕਸ਼ਨ ਹੋਏ ਅਸੈਂਬਲੀ ਦੀ ਇਲੈਕਸ਼ਨ ਹੋਏ काउंसलर वास्ते होए या एम पी इलेक्शन सारी इलेक्शन क्यों क्योंकि वर्क प्रोग्राम है मैनीफेस्टो क्यूं? है लोंग टर्म मीडियम टर्म शॉर्ट टर्म विजन है क्यों इलेक्शन सीरियसली लाने क्योंकि अगर तुम देश बदलाव लाना चाहते हो जड़ा आ रहा है दो हजार चौदह जो तो मोदी जी ने ਜ਼ਿੰਮੇਵਾਰੀ ਸੰਭਾਲੀ ਉਸ ਵਕਤ ਤੋਂ ਦੇਖੋ ਸਾਡੀ ਪੋਜੀਸ਼ਨ ਕੀ ਸੀ ਇਹ ਦੇਸ਼ ਵਿੱਚ ਦੁਨੀਆ ਵਿੱਚ ਅੱਜ ਕੀ ਹੈ 10ਵੀਂ ਪੋਜੀਸ਼ਨ ਤੋਂ ਲੈ ਕੇ ਅੱਜ ਅਸੀਂ ਸਾਡੀ ਇਕਨੋਮੀ ਜਿਹੜੀ ਹੈ ਹਿੰਦੀ ਅਰਥਵਿਵਸਥਾ ਪੰਜਵੇਂ ਥਾਂ ਤੇ ਆਗੇ ਦੁਨੀਆ ਬਾਰੇ ਤੇ ਅਗਲੇ ਕੁਝ ਮਹੀਨੇ ਅਸੀਂ ਦੁਨੀਆ ਦੀ 3rd ਲਾਰਜੇਸਟ ਇਕਨੋਮੀ ਬਣ ਜਾਵਾਂਗੇ ਦੋਸਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੁਨੀਆ ਵਿੱਚ 3rd ਲਾਰਜੇਸਟ ਜੀਡੀਪੀ ਵੀ ਹੋਏਗਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਦੇਸ਼ ਇੱਕ طرف ਜਾ ਰਿਹਾ ਹੈ ਜਿਹੜੇ ਬੀਜਪੀ ਰੂਲ ਸਟੇਟਸ ਹੈਗੀਆਂ ਉੱਥੇ ਡਬਲ ਡਿਜੀਟ ਪ੍ਰੋਗਰੈਸ ਹੋ ਰਹੀ ਹੈ ਤੇ ਜਿਹੜੇ ਪੰਜਾਬ ਜਿਸੀ ਜਿਹੜੀ ਸੈਂਸਿਟਿਵ ਬਾਰਡਰ ਸਟੇਟ ਇਨੇ ਮਹੰਤੀ ਸਾਡੇ ਭੈਣ ਭਰਾ ਉਹ ਉਹ ਵਿਛੜ ਗਈ ਹੈ ਕਿਸ ਤਰ੍ਹਾਂ ਹੋ ਸਕਦਾ ਦੇਖੋ ਪੁਰਾਣੇ ਜ਼ਮਾਨੇ ਪੁਰਾਣੇ ਜ਼ਮਾਨੇ ਕਹ ਰਹੇ 1980 ਦੇ ਆਸ-ਪਾਸ ਦੀ ਗੱਲ ਕਰ ਰਹੇ ਪੰਜਾਬ ਦਾ ਥਾਨ ਦੇਸ਼ ਅੰਦੇ ਅੰਦਰ 3ਜੇ ਜਾਂ 5ਵੇਂ ਨੰਬਰ ਤੇ ਹੁੰਦਾ ਸੀ ਅੱਜ ਉਹ ਗਿਰ ਕੇ 19th ਜਾਂ 22nd ਪੋਜੀਸ਼ਨ ਤੇ ਪਹੁੰਚ ਗਿਆ ਉੱਤਰ ਪ੍ਰਦੇਸ਼ ਜਿਹਨੂੰ ਬਿਮਾਰੂ ਉੱਤਰ ਪ੍ਰਦੇਸ਼ ਦੇ ਬਿਹਾਰ ਨੂੰ ਸੀ ਬਿਮਾਰੂ ਸਟੇਟਸ ਕਹਿੰਦੇ ਸੀ ਅੱਜ ਉੱਤਰ ਪ੍ਰਦੇਸ਼ ਦੇਖ ਲਓ ਮੈਂ ਤੁਹਾਨੂੰ ਉੱਤਰ ਪ੍ਰਦੇਸ਼ ਦੇ ਆંકੜੇ ਦੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ ਇਤਨੀ ਤਰੱਕੀ ਹੋ ਰਹੀ ਹੈ ਅਗਰ ਲਾ ਐਂਡ ਆਰਡਰ ਠੀਕ ਨਹੀਂ ਹੋਏਗਾ ਅਗਰ ਨਸ਼ੇ ਦੀ ਸਮੱਸਿਆ ਨੂੰ ਅਸੀਂ ਹੱਲ ਨਹੀਂ ਕਰਾਂਗੇ ਅਸੀਂ ਝੂਠੇ ਵਾਅਦੇ ਕਰਾਂਗੇ ਅਗਰ ਸਾਡੀ ਫਾਈਨੈਂਸ਼ੀਅਲ ਮੈਨੇਜਮੈਂਟ ਜਿਹੜੀ ਹੈ ਉਹ ਮੁਫਤ ਰੇੜੀਆਂ ਵੰਡਣ ਦੇ ਰਸਤੇ ਜਾਏਗੀ ਸਟੇਟ ਕਦੀ ਤਰੱਕੀ ਕਰੇ ਨਹੀਂ ਸਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਥੋੜੀ ਦੇਰ ਪਹਿਲਾਂ ਗੱਲਬਾਤ ਹੋ ਰਹੀ ਸੀ ਉਹ ਕਹਿ ਰਹੇ ਕਹਿੰਦੇ ਕਿ ਸਮਾਰਟ ਸਿਟੀ ਦਾ ਜ਼ਿਕਰ ਹੋਇਆ ਜਲੰਧਰ ਸਮਾਰਟ ਸਿਟੀ ਐਲਾਨ ਦਿੱਤੀ ਲੇਕਿਨ ਪੈਸਾ ਤਾਂ ਜਾਰੀ ਕੀਤਾ ਨਹੀਂ ਕਹਿੰਦਾ ਜਲੰਧਰ ਦੀ ਹਾਲਤ ਦੇਖੋ ਕੇਂਦਰ ਸਰਕਾਰ ਸਿਰਫ ਹਵਾ-ਹਵਾਈ ਗੱਲਾਂ ਕਰਦੀ ਹੈ ਦੇਖੋ ਜੀ ਮਾਨ ਸਾਹਿਬ ਨੂੰ ਕਹੋ ਜਰਾ ਆਪਣੇ ਲੋਕਾਂ ਨੂੰ ਬੁਲਾ ਕੇ ਕਿ ਕਿੰਨੀ ਸੈਂਟਰ ਤੋਂ ਅਲੋਕੇਸ਼ਨ ਆਈ ਕਿੰਨੀ ਇਹਨਾਂ ਨੇ ਕੀਤੀ ਹੈ ਤੇ ਕੀ ਕਰਨੀ ਹੈ ਮਾਨਸਾਹਬ ਮਾਨਸਾਹਬ ਦੀ ਪ੍ਰੋਬਲਮ ਹੈ ਖੁਦ ਬੜੇ ਚੰਗੇ ਵਿਅਕਤੀ ਨੇ ਵੈਲ ਮੀਨਿੰਗ ਨੇ ਪਰ ਇਹਨਾਂ ਨੂੰ ਗਵਰਨੈਂਸ ਦਾ ਐਕਸਪੀਰੀਅੰਸ ਨਹੀਂ ਹੈ ਤੇ ਜਿਹੜੇ ਦਿਲਿਓ ਰਿਮੋਟ ਤੇ ਗਵਰਨੈਂਸ ਚਲਾਣਾ ਚਾ ਰਹੇ ਨੇ ਉਹਨਾਂ ਨੂੰ ਵੀ ਜ਼ਰਾ ਘਾਟੀ ਹੈ ਚੱਕਰ ਕੀ ਹੋ ਗਿਆ ਇੱਕ ਉੱਤੇ ਦੋ ਮੰਤਰੀ ਬੰਦ ਪੈਣੇ ਕੋਈ ਇੱਕ ਜੈਨ ਸਾਹਿਬ ਨੇ ਤੇ ਸਸੋਡਿਆ ਸਾਹਿਬ ਇੱਕ ਤੋਂ ਹੋਰ ਦਾ ਨਾਮ ਆ ਗਿਆ ਚਾਰਜ ਸ਼ੀਟ ਇਹ ਕਿੱਥੇ ਇਹਨਾਂ ਦਾ ਕੋਈ ਲਾਲਚੰਦ ਕਟਾਰਾ ਚੁੱਕਾ ਹੈ ਉਹਦੀ ਵੀ ਵੀਡੀਓ ਆ ਗਈ ਹੈ ਕੁਝ ਉਹ ਜਿਹੜਾ ਵਿਕਟਿਮ ਹੈਗਾ ਉਹਨੇ ਖੁਦ ਕਿਹਾ ਕਿ ਹਾਂ ਇਹ ਇਹ ਮੇਰੇ ਸਾਥ ਸਭ ਹੋਇਆ ਤੇ ਮਾਨ ਸਾਹਿਬ ਇਹਨਾਂ ਪ੍ਰੋਬਲਮਸ ਨੂੰ ਅਡਰੈਸ ਨਹੀਂ ਕਰ پا ਰਹੇ ਤੇ ਉਹ ਸੈਂਟਰ ਦੀ ਸਕੀਮਸ ਦਾ ਫਾਇਦਾ ਤੇ ਲੈ ਉਹਨਾਂ ਨੂੰ ਅਗਰ ਕਹੋਗੇ ਤੁਸੀਂ ਗਿਣਾ ਦਿਓ ਕਿ ਸੈਂਟਰ ਦੀਆਂ ਸਕੀਮਾਂ ਹੈ ਕਿਹੜੀਆਂ ਨੇ ਉਹਨਾਂ ਨੂੰ ਪੁੱਛੋ ਤੁਸੀਂ ਆਯੂਸ਼ਮਨ ਭਾਰਤਾ ਸਕੀਮ ਦਾ ਨਾਮ ਸੁਣਿਆ ਕਿਸੇ ਪਾਕਿਸਤਾਨੀ ਸਕੀਮਾ ਗਿਣਾ ਦਿਓ ਅਗਰ ਉਹਨਾਂ ਨੂੰ ਸਕੀਮ ਦਾ ਨਾਮ ਹੀ ਨਹੀਂ ਪਤਾ ਹੋਏਗਾ ਤਾਂ ਕੀ ਕਹਿਗੇ ਸੈਂਟਰ ਪੈਸੇ ਨਹੀਂ ਦੇ ਰਹੀ ਮੈਂ ਆ ਕੇ 2020 ਵਿੱਚ ਬੇਨਤੀ ਕੀਤੀ ਸੀਗੀ ਉਸ ਵਕਤ ਅਸੀਂ ਕੈਪੀਟਲ ਫੰਡ ਜਿਹੜਾ ਹੈਗਾ ਵੱਡੇ ਇਨਫਰਾਸਟਰਕਚਰ ਪ੍ਰੋਜੈਕਟਸ ਵਾਸਤੇ ਉਸ ਵਕਤ ਅਸੀਂ 29% ਵਧਾਇਆ ਸੀਗਾ 5 ਲੱਖ ਕਰੋੜ ਤੋਂ ਸਾਡੇ 7 ਲੱਖ ਕਰੋੜ ਅੱਜ ਉਹਨਾਂ ਵਧਾ ਕੇ ਅਸੀਂ 10 ਲੱਖ ਕਰੋੜ ਤੇ ਮੈਂ ਉਸ ਵਕਤ ਵੀ ਬੇਨਤੀ ਸੀ ਕੋਈ ਤੁਸੀਂ ਵੱਡਾ ਪ੍ਰੋਜੈਕਟ ਬਣਾਓ ਸਾਡੇ ਕੋਲ ਸਾਡੇ ਕੋਲ ਪਈਓ ਦੇਖਣਾ ਅਸੀਂ ਕਿਸ ਤਰ੍ਹਾਂ ਅਪਰੂਵ ਕਰਨਾ ਹੈ ਪਰ ਇਹਨਾਂ ਨੂੰ ਉੱਤੇ ਮੈਨੂੰ ਲੱਗਦਾ ਇਹਨਾਂ ਨੂੰ ਪ੍ਰੋਜੈਕਟ ਪ੍ਰੋਪੋਜ਼ਲ ਮਨਾਨ ਵਾਸਤੇ ਵੀ ਨਾ ਟਾਈਮ ਹੈ ਤੇ ਨਾ ਕੋਈ ਐਪਲੀਕੇਸ਼ਨ ਜਲੰਧਰ ਲਈ ਪੈਸੇ ਜਾਰੀ ਕੀਤੇ ਸੀ ਜਾਂ ਕੀ ਕਿਉਂਕਿ ਸਮਾਰਟ ਸਿਟੀ ਦਾ ਜਿਹੜਾ ਜ਼ਿਕਰ ਹੁੰਦਾ ਜਲੰਧਰ ਸਮਾਰਟ ਸਿਟੀ ਨੂੰ ਅਸੀਂ ਪੈਸੇ ਦਿੱਤੇ ਵੀ ਨਹੀਂ ਉਥੇ ਕੰਮ ਵੀ ਹੋਇਆ ਪ੍ਰੋਬਲਮ ਇਹਨਾਂ ਦਾ ਦੂਜਾ ਹੈਗਾ ਉਹ ਕਹਿੰਗੇ ਮੇਰੇ ਟਾਈਮ ਨੇ ਕਾਂਗਰਸ ਨੇ ਨਹੀਂ ਕੀਤਾ ਉਹ ਨਹੀਂ ਕੀਤਾ ਇਹਨਾਂ ਚੀਜ਼ਾਂ ਨੂੰ ਛੱਡੋ ਤੁਸੀਂ ਇਹ ਕਹੋ ਕਿ ਤੁਸੀਂ ਸਹੀ ਮਾਨੇ ਕੰਮ ਕਰਨਾ ਚਾਹੁੰਦੇ ਹੋ ਤੇ ਤੁਸੀਂ ਅੱਗੇ ਵਧੋ ਤੇ ਆਪਣੀ ਜ਼ਰਾ ਜ਼ਿੰਮੇਵਾਰੀ ਉਠਾਓ ਤੇ ਸਟਾਰਟ ਵਿਦ ਲਾਅ ਐਂਡ ਆਰਡਰ ਸਟਾਰਟ ਵਿਦ ਨਸ਼ਾ ਇਕਸਤਰਾ ਹੋ ਸਕਦਾ ਕਿ ਐਡਿਕਟ ਨੂੰ ਪਤਾ ਕਿਥੇ ਚਿੱਟਾ ਮਿਲ ਰਿਹਾ ਤੇ ਪੁਲਿਸ ਵਾਲਿਆਂ ਨੂੰ ਹੀ ਪਤਾ ਤੇ ਸਰਕਾਰ ਨੂੰ ਨਹੀਂ ਪਤਾ ਰੂਰਲ ਡਿਵੈਲਪਮੈਂਟ ਫੰਡ ਕਹਿੰਦੇ ਕੇਂਦਰ ਸਰਕਾਰ ਸਾਡੀਆਂ ਸਕੀਮਾਂ ਦੇ ਪੈਸੇ ਰੋਕ ਦਿੰਦੀ ਰੂਰਲ ਡਿਵੈਲਪਮੈਂਟ ਫੰਡ ਦਾ 3000 ਕਰੋੜ ਆਣਾ ਸੀ ਕਹਿੰਦੇ ਸੁਤੇਲਾ ਵਤੀਰਾ ਜਿਹੜਾ ਵੈ ਉਹ ਕੇਂਦਰ ਸਰਕਾਰ ਸੂਬੇ ਨਾਲ ਕਰ ਰਹੀ ਹੈ ਦੇਖੋ ਮੇਰੀ ਗੱਲ ਸੁਣੋ ਪੰਜਾਬ ਇਸ ਨੋਟ ਦੀ ਓਨਲੀ ਨਾਨ ਬੀਜਪੀ ਸਟੇਟ ਠੀਕ ਹੈ ਦੇਖ ਲਓ ਕੀ ਹੋਇਆ ਮੈਂ ਤੁਹਾਨੂੰ ਇੱਕ ਤੁਹਾਨੂੰ ਕੋਵਿਡ ਦਾ ਐਗਜ਼ਾਮਪਲ ਦੇਣਾ एक युवा नेता है मोदी जी हमारे बच्चों की वैक्सीन कहा है मैं उस वक्त भी कह मैं आपकी सरकार राजस्थान में है वहां तो वो कूड़े में डाल रहे हैं और पंजाब में आपकी सरकार जो थी वो चन्नी जी वो उदा मुनाफाखोरी कर रही है देखो सेंटर की स्कीम अवेलेबल होंगी सब वास्ते सवाल यह है उस स्कीम का फायदा उठाना चाहते हो कि नहीं उठाना चाहते हो अगर तीम का फायदा नहीं उठाना चाहते हो ਪੰਜਾਬ ਚ ਸੀਐਮ ਫੇਸ ਕੌਣ ਹੋਏਗਾ ਅਜੇ ਤੱਕ ਬੀਜੇਪੀ ਦਾ ਕਦੀ ਕਲੀਅਰ ਨਹੀਂ ਹੁੰਦਾ ਮੇ ਮੇਰੀ ਮੇਰੀ ਸੀਐਮ ਫੇਸ ਨਾਲ ਗਲਤ ਨਹੀਂ ਹੋ ਰਹੀ ਕਿ ਹਰਦੀਪ ਸਿੰਘ ਪੁਰੀ ਕਦੀ ਪੰਜਾਬ ਦਾ ਮੁੱਖ ਮੰਤਰੀ ਦਾ ਕਦੀ ਖਾਬ ਹੈ ਜਾਂ ਕਦੀ ਹੈ ਕਿ ਹਰਦੀਪ ਸਿੰਘ ਪੁਰੀ ਦਾ ਜਿਵੇਂ ਤਜਰਬਾ ਹੈ ਜਿਵੇਂ ਤੁਹਾਡਾ ਹਰ ਪਾਸੇ ਪ੍ਰਸ਼ਾਸਨਿਕ ਤੌਰ ਤੇ ਹਰ ਲੈਵਲ ਤੇ ਤੁਹਾਡਾ ਇੱਕ ਤਜਰਬਾ ਤੋਂ ਲੱਗਦਾ ਹੈ ਕਿ ਅਗਰ ਤੁਸੀਂ ਸੀਐਮ ਬੰਦੇ ਹੋ ਤਾਂ ਪੰਜਾਬ ਦਾ ਸੁਧਾਰ ਹੋ ਸਕਦਾ ਨਹੀਂ 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 ਪਹਿਲੀ ਵਾਰ ਕਿਸੇ ਇੰਡੀਵਿਜੂਅਲ ਦੀ ਗੱਲ ਨਹੀਂ ਹੁੰਦੀ ਔਰ ਮੈਂ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ ਮੈਂ ਨਾ ਕਿਸੇ ਚੀਜ਼ ਦਾ ਫੇਸ ਆ ਮੈਂ ਇੱਕ ਬੀਜੇਪੀ ਦਾ ਕਾਰਜਕਰਤਾ ਹਾਂ मेरा बीजेपी का संबंध है मेरा फॉरन सर्विस ज्वाइन करने तो पहले दा। hmm. मैं यूनिवर्सिटी पॉलिटिक्स जो एक्टिवीन सिक्सटी एट टू तो लेकर सैवनटी थ्री तक hmm. जो मैं स्टूडेंट सगा सैवनटी थ्री तो टू सैवनटी फोर में पढ़ा मैं उस वक्त मेरा विद्यार्थी परिषद है hmm. आज मैं त्वाड़े सामने बैठा एज ए बीजेपी कार्यकर्ता hmm. मेरी सिंपल लिमिटेड सबमिशन है कि जब तक लॉ एंड ऑर्डर ए ड्रग्स प्रॉब्लम चीजा सोल्व नहीं हो गया स्टेट विल कीप गोइंग डाउन हिल ਲੇਕਿਨ ਕੇਜਰੀਵਾਲ ਦੀ ਰਿਸਪੌਂਸਿਬਿਲਟੀ ਸਟੇਟ ਨੂੰ ਲੈਣੀ ਪਈ ਕੇਜਰੀਵਾਲ ਕਹਿੰਦੇ ਕਹਿੰਦੇ ਬਿਹਤਰ ਹੋ ਗਈ 11 ਮਹੀਨਿਆਂ ਚ ਇੰਨੀ ਬਿਹਤਰ ਕਰਤੀ ਕਾਨੂੰਨ ਵਿਵਸਥਾ ਦੀ ਤੇ ਕੇਜਰੀਵਾਲ ਜੀ ਨੇ ਪਤਾ ਨਹੀਂ ਕਦੋਂ ਕਿਹਾ ਉਹਨਾਂ ਦੇ ਆਪਣੇ ਮੁੱਖ ਮੰਤਰੀ ਕਹਿੰਦੇ ਨੇ ਹਾਂ ਪ੍ਰੋਬਲਮ ਹੈ ਪਰ ਮੇਰੇ ਕੋ 1 ਸਾਲ ਹੋਰ ਦੋ ਉਹ ਤਾਂ ਮੰਨਦੇ ਨੇ ਕਿ 1 ਸਾਲ ਚ ਡਿਟੀਰੀਓਰੇਟ 13 ਮਹੀਨੇ ਜਿਹੜੀ ਆਕਸੀਜਨ ਮਿਲੀ ਸੀ ਉਹ ਪਤਾ ਲੱਗ ਜਾਏਗਾ ਨਾ ਚੁਣਾਵ ਚ ਹੁਣ ਚੁਣਾਵ ਚ ਅਗਲੇ ਵਾਲੇ ਪਤਾ ਲੱਗ ਜਾਏਗਾ ਕਿਉਂਕਿ ਜਦੋਂ ਤੁਸੀਂ ਕੋਈ ਜਨਤਾ ਦੇ ਸਾਹਮਣੇ ਜਾਣਦੇ ਹੋ 5 ਸਾਲ ਦੇ ਪ੍ਰੋਗਰਾਮ ਅਸੀਂ 5 ਸਾਲ ਚ ਇੱਕ ਕਰਾਂਗੇ हूं चुनाव हो रहा है दो हजार चौबीस जलंधर बीजेपी का प्लैन की हैर प्लान? प्लान है पहले भी सा बीजेपी एक नैशनल पार्टी है पंजाब की इंपॉर्टेंस एज ए सेंसिटिव बॉर्डर स्टेट समझदी है पंजाब एग्रीकल्चर की करना है पंजाब की बाकी चीजा की करना है कैपिटल प्रोजेक्ट की करना है रख लो ਜਿਹੜਾ ਸਾਡਾ ਮੈਨੀਫੈਸਟੋ 2020 ਦੇ ਚੋਣ ਦਾ ਘੋਸ਼ਣਾ ਪੱਤਰ ਉਹਦੇ ਸਾਹਮਣੇ ਲਿਖਿਆ ਹੋਇਆ ਸੀ ਕਿ ਇਹ ਲੇਕਿਨ ਬੀਜੇਪੀ ਬਾਰੇ ਕੀ ਆ ਜਾਂਦਾ ਕਿ ਕਹਿੰਦੇ ਸਾਰੀ ਕਾਂਗਰਸ ਬੀਜੇਪੀ ਵਿੱਚ ਸ਼ਾਮਲ ਹੋ ਗਈ ਕਹਿੰਦੇ ਵਾਸ਼ਿੰਗ ਮਸ਼ੀਨ ਚ ਪਾਇਆ ਸਾਰੇ ਕਲੀਨ ਹੋ ਗਏ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਮਨਪ੍ਰੀਤ ਬਾਦਲ ਹੋਣ ਬਲਬੀਰ ਸਿੱਧੂ ਹੋਣ ਰਾਜਕੁਮਾਰ ਵੇਰਕਾ ਹੋਣ ਕਹਿੰਦੇ ਆਪਣੀ ਲੀਡਰਸ਼ਿਪ ਕੋਟਨ ਮਹਿਸੂਸ ਕਰ ਰਹੀ ਹੈ ਜਿਹੜੀ ਪੁਰਾਣੀ ਹੈ ਔਰ ਸਾਰੀ ਸਿਰਫ ਸ਼ਾਮਲ ਕੀਤੀ ਜਾ ਰਹੀ ਹੈ ਦੇਖੋ ਕੋਟਨ ਕੌਣ ਮਹਿਸੂਸ ਕਰ ਰਹਾ ਹੈ ਕਿ ਨਹੀਂ ਬੀਜੇਪੀ ਇੱਕ ਕਾਡਰ ਬੇਸ ਪਾਰਟੀ ਪਹਿਲੀ ਗੱਲ ਤਾਂ ਤੁਸੀਂ ਸਾਡੇ ਸ਼ਾਮਲ ਹੋਗੇ ਅਗਰ ਕੋਈ ਲਾਂਡਰੀ ਕੀ ਕਹਿੰਦੇ ਨੇ ਨਾ ਵਾਸ਼ਿੰਗ ਮਸ਼ੀਨ ਵਾਲੇ ਕੇਸ ਨੇ ਉਹਨਾਂ ਨੂੰ ਆਣਾ ਮੁਸ਼ਕਲ ਹੋਏਗਾ ਪਰ ਅਸੀਂ ਅਸੈਸਮੈਂਟ ਕਰਨਾ ਅਗਰ ਉਹ ਵਾਸ਼ਿੰਗ ਮਸ਼ੀਨ ਮਾਰਾ ਜਾ ਡਾਗ ਲੱਗਿਆ ਹੋਇਆ ਹੈ ਤਾਂ ਉਹ ਨੋਰਮਲ ਪ੍ਰੋਸੀਜਰਲ ਕੇਸ ਹੋਵੇਗਾ ਮੈਂ ਸਮਝਣਾ ਪਰ ਕਿਸੇ ਗੰਭੀਰ ਸੀਰੀਅਸ ਕੇਸ ਬੀਜੇਪੀ ਜਾ ਕੇ ਉਹਨਾਂ ਨੂੰ ਫਾਇਦਾ ਵੀ ਨਹੀਂ ਹੈ ਤਾਂ ਇਹ ਤਾਂ ਭੁੱਲ ਜਾਓ ਕੋਈ ਮਾਨੂੰ ਇੱਕ ਨਾਂ ਦੱਸਾ ਦਿਓ ਜਿਹੜਾ ਬੀਜੇਪੀ ਸ਼ਾਮਲ ਹੋਇਆ ਤੇ ਉਹਦੇ ਬਾਅਦ ਵਾਸ਼ਿੰਗ ਮਸ਼ੀਨ ਜਾ ਕੇ ਉਹਦੀ ਜਿਹੜੀ ਜੋ ਵੀ ਹੈ ਮੈਲ ਹੈ ਜੋ ਉਤਰ ਆਈਏ ਇਹ ਗਲਤ ਗੱਲ ਹੈ हां एक गल सही है कांग्रेस तो अकालिया तो बहुत चंगे चंगे लोग आ रहे हैं है क्योंकि वो देखते ने कोई फ्यूचर है ए वैल्यू बेस्ड पार्टी है सिद्धांत की पार्टी है दूजा इधर कोई परिवारवाद नहीं है कांग्रेस जो मनु दस दो जो कांग्रेस इतना की होया कौन तय करता सी मुख्यमंत्री कौन बनेगा हां कहीं कोई एल एलओंधे ने कभी कोई ले आते चंगा वाला काम कर रहा है बार कर देंगे अकाली दल وچ ہوئی ہے۔ دیکھو اگر ਤੁਸੀਂ ਪੋਲੀਟੀਕਲ ਪਾਵਰ ਨੂੰ ਆਪਣੇ ਖਾਨਦਾਨ ਤੋਂ ਬਾਹਰ ਨਾ ਜਾਣਦੇ ਹੋ ਤੁਸੀਂ देन ਯੂ ਆਰ ਯੂਜ਼ਿੰਗ ਪੀਪਲ ਭਾਜਪਾ ਨੂੰ ਮਨੂ ਦੱਸ ਦੋ ਜਿਹੜੇ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ ਮੈਂ ਤਾਂ ਉਹਨਾਂ ਦਾ ਕੋਈ ਹੋਰ ਰਿਸ਼ਤੇਦਾਰ ਪਾਰਟੀ ਜਾਣਦਾ ਨਹੀਂ ਹੈ ਪਰ ਇਹ ਨਹੀਂ ਕਿ ਇਹਦਾ ਮਤਲਬ ਹੈ ਕਿ ਤੁਸੀਂ ਅਗਰ ਪਾਰਟੀ ਛੋ ਤਾਂ ਤੁਹਾਡਾ ਕੋਈ ਹੋਰ ਰਿਲੇਟਿਵ ਚੰਗਾ ਚੱਲ ਰਿਹਾ ਤਾਂ ਉਹ ਵੀ ਆ ਸਕਦਾ ਐਸੀ ਗੱਲ ਨਹੀਂ ਹੈ ਪਰ ਪਰਿਵਾਰਵਾਦ ਦਾ ਮਤਲਬ ਜਿਹੜਾ ਡਾਇਨਾਮਿਜ਼ਮ ਹੁੰਦਾ ਕਿ ਕਿਉਂਕਿ ਤੁਸੀਂ ਇੱਕ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਇਸ ਲਈ ਰਾਈਸ ਕਰੋਗੇ ਉਹ ਸਾਡੀ ਪਾਰਟੀ ਨਹੀਂ ਹੁੰਦਾ ਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਦੇਹਾਂਤ ਹੋਇਆ ਪ੍ਰਧਾਨ ਮੰਤਰੀ ਪੁੰਛੇ ਜੇਪੀ ਨੱਡਾ ਅਮੇਸ਼ਾ ਤਰੀਫਾਂ ਦੇ ਤੁਸੀਂ ਤੁਸੀਂ ਤਰੀਫਾਂ ਦੇ ਫੁੱਲ ਬੜੇ ਬੰਨੇ ਕਹਿੰਦੇ ਚਰਚਾ ਚੱਲ ਵੀ ਕਹਿੰਦੇ 24 ਜਾਂ 27 ਤੱਕ ਫੇਰ ਨੋ ਮਾਵਲਾ ਰਿਸ਼ਤਾ ਦੁਬਾਰਾ ਬਣਾਣ ਲਈ ਤਿਆਰ ਹੋ ਰਿਹਾ ਹੈ ਹਾਲਾਂਕਿ ਤੁਸੀਂ ਮਨਾ ਵੀ ਕੀਤਾ ਲੇਕਿਨ ਸੁਰਜੀਤ ਜੈਨੀ ਬੀਜੇਪੀ ਦੇ ਪੁਰਾਣੇ ਲੀਡਰ ਹੈ ਕਦਾਵਰ ਲੀਡਰ ਉਹ ਕਹਿੰਦਾ ਕਿ ਅਲਾਈਅንስ ਹੋਣਾ ਚਾਹੀਦਾ ਅਸੀਂ ਹਾਈ ਕਮਾਂਡ ਨੂੰ ਕਹਿ ਰਹੇ ਹਾਂ ਮੈਂ ਸੁਰਜੀਤ ਚਾਨਾ ਜੀ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੁਨੇ ਮੈਨੂੰ ਮਿਲੇ ਵੀ ਸੀਗਾ ਮੈਂ ਕਿਹਾ ਤੁਸੀਂ ਕਰਤਾ ਉਹ ਕਹਿੰਦਾ ਕਿ ਮੈਂ ਚਾਨਾ ਹਾਂ ਹਾਂ ਮੈਂ ਚਾਨਾ ਪਹਿਲਾਂ ਜੇ ਸੁਰਜੀਤ ਜੈਨੀ पार्टी का हाईकमांड का अगर कोई हो तो मैं उन्होंने सीरीसली लव सुरजी राणी मेरे बड़े क्लोज है मैं उन्होंने बहुत रिस्पैक्ट करना देखो मैं जो चाहना या चाहना या नहीं चाहता वो गल नहीं है इस वक्त बीजेपी देश की दुनिया की सब तीन तो पोलिटिकल पार्टी है ये पार्टी दिन ब दिन एक्सपैंड कर रही है एक्सपैंड इसलिए कर रही है क्योंकि लोग समझते ने कि सा प्रोग्राम्स है ਸਾਡੇ ਜਿਹੜੇ ਵਿਜ਼ਨ ਹੈਗਾ ਮਾਨਯੀ ਪ੍ਰਧਾਨ ਮੰਤਰੀ ਜੀ ਦਾ ਉਹ ਵਿਜ਼ਨ ਦੇਸ਼ ਵਾਸਤੇ ਚੰਗਾ ਇਸ ਲਈ ਲੋਕ ਆਣਾ ਚਾਹੁੰਦੇ ਨੇ ਅਕਾਲੀ ਦਲ ਇਸ ਵਕਤ ਕੋਲਾਪਸ ਕਰ ਰਹੀ ਪਾਤੀ ਹੈ ਮਤਲਬ ਸਦਾ ਪ੍ਰਕਾਸ਼ ਸਿੰਘ ਦੀ ਜੀ ਦੀ ਪ੍ਰਸ਼ੰਸਾ ਕਰਨੀ ਦੂਜੀ ਗੱਲ ਹੈ ਪੰਜ ਵਾਰ ਉਹ ਮੁੱਖ ਮੰਤਰੀ ਰਹੇ ਨੇ ਸਟੇਟ ਦੇ ਬੜੇ ਨੇਕ ਇਨਸਾਨ ਸੀਗੇ ਉਹਨਾਂ ਨੇ ਲੋਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਪਰਸਨਲ ਡੀਐਨਏ ਜਾਂ ਉਹਨਾਂ ਦੀ ਪਰਸਨੈਲਿਟੀ ਉਹ ਇੱਕ ਚੀਜ਼ ਤਾਂ ਹੈ ਉਸ ਤੋਂ ਅਸੀਂ ਸਾਰੇ ਆਸ਼ੀਰਵਾਦ ਲੰਨਦੇ ਸੀਗੇ ਬਟ ਅਕਾਲੀ ਦਲ ਐਜ਼ ਅ ਪੋਲੀਟੀਕਲ ਪਾਰਟੀ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਉਹਨਾਂ ਦੀਆਂ ਕੁਆਲਿਟੀਆਂ ਅਗਲੀ ਜਨਰੇਸ਼ਨ ਤੱਕ ਆਈਆਂ ਨਹੀਂ ਮੈਂ ਉਸ ਡਿਬੇਟ ਹੀ ਨਹੀਂ ਪਾਇਆ ਅਕਾਲੀ ਦਲ ਐਜ਼ ਅ ਪੋਲੀਟੀਕਲ ਪਾਰਟੀ ਜਿਹਦੇ ਨਾਲ ਸਾਡਾ ਗਠਬੰਧਨ ਸੀਗਾ ਸਾਨੂੰ ਉਹ ਗਠਬੰਧਨ ਬੜਾ ਮਹਿੰਗਾ ਪਿਆ ਮਹਿੰਗਾ ਇਸ ਲਈ ਪਿਆ ਕਿ ਉਹਨਾਂ ਦੀ ਜਿਹੜੀਆਂ ਨੀਤੀਆਂ ਸੀਗੀਆਂ ਉਹ ਪੰਜਾਬ ਵਾਸਤੇ ਚੰਗੀਆਂ ਨਹੀਂ ਸੀਗੀਆਂ ਤੇ ਸਾਡੀ ਵੀ ਛਾਵੀ ਛਾਵੀ ਥੋੜੀ ਖਰਾਬ ਹੋਈ ਉਹਨਾਂ ਨੂੰ ਵਿਕਸ਼ਿਤ ਕੀ ਹੋਣਾ ਹੈ ਇਹ ਭਵਿੱਖ ਨੂੰ ਪਤਾ ਹੈ ਲੇਕਿਨ ਕੋਈ ਗੁੰਜਾਇਸ਼ ਹੈ ਕਿਉਂਕਿ ਐਸ ਵੇਲੇ ਵਰਕਰ ਥੱਲੇ ਲੈਵਲ ਤੇ ਉਹ ਭੰਬੜ ਪੂਸੇ ਚਾ ਕਿ ਦੋਸਤੀ ਰੱਖੀਏ ਦੁਸ਼ਮਣੀ ਰੱਖੀਏ ਨੇੜੇ ਰਹੀਏ ਦੂਰ ਰਹੀਏ ਕਿਉਂਕਿ ਅਕਾਲੀ ਦਲ ਵੱਲੋਂ ਵੀ ਵਿਰਸਾ ਸਿੰਘ ਵਲਟੋਹਾ ਸਕੰਦਰ ਸਿੰਘ ਮਲੂਕਾ ਉਹ ਵੀ ਕਹਿੰਦੇ-ਕਹਿੰਦੇ ਕਿ ਅਗਰ ਦੁਬਾਰਾ ਸੱਤਾ ਚਾਣਾ ਹੈ ਜਾਂ ਇਕੱਠੇ ਹੋਣਾ ਹੀ ਪਏਗਾ ਸ਼ਹਿਰ ਜਲੰਧਰ ਸ਼ਹਿਰ ਜਿਹੜਾ ਵਾ ਉਹ ਭਾਜਪੀ ਕੋਲ ਹੈ ਔਰ ਪਿੰਡ ਜਿਹੜੇ ਨੇ ਉਹ ਅਕਾਲੀ ਦਲ ਦੇ ਨਾਲ ਖੜਦੇ ਦੇਖੋ ਜੀ ਮੈਂ ਸਮਝਣਾ ਏ ਅਲਾਈਅੰਸ ਜਿਹੜੀ ਸੀਗੀ ਅਗਰ ਇਹਨੂੰ ਸ਼ਾਦੀ ਨਾਲ ਤੁਸੀਂ ਕੰਪੇਅਰ ਕਰੋ ਅਸੀਂ ਨਹੀਂ ਅਲਾਈਅੰਸ ਤੋੜਿਆ ਅਲਾਈਅੰਸ ਉਹਨਾਂ ਨੇ ਤੋੜਿਆ ਇਹਨਾਂ ਨੇ ਐਗਰੀਕਲਚਰਲ ਲਾਜ਼ ਉਹ ਜਿਹੜੇ ਕਾਨੂੰਨ ਸੀਗੇ ਉਹਨਾਂ ਦੇ ਚੱਕਰ 'ਚ ਤੋੜਿਆ ਉਹਨਾਂ ਨੇ ਮੈਂ ਕੈਬਨਿਟ ਵਿੱਚ ਮੌਜੂਦ ਸੀਗਾ ਜਦੋਂ ਬੀਬਾ ਜੀ ਨੇ ਉਹਦੀ ਤਾਰੀਫ ਕੀਤੀ ਇਹਨਾਂ ਨੇ ਬਾਅਦ ਵੀ ਇਹਨਾਂ ਦਾ ਸਵਾਗਤ ਕੀਤਾ ਲਾਜ਼ ਦਾ ਉਹਦੇ ਬਾਅਦ ਜੋ ਵੀ ਇਹਨਾਂ ਦੀ ਪੋਲਿਟੀਕਲ ਕੰਪਲਸਨ ਸੀਗਾ ਪਰ ਸਾਡੇ ਵਾਸਤੇ ਅੰਗਰੇਜ਼ੀ ਕਹਿੰਦੇ ਨਾ ਵੀ ਹੀਵਡ ਅ ਸਾਈ ਆਫ ਰੈਲੀਫ ਠੀਕ ਹੈ ਵੀ ਵਨ ਇਨ ਅ ਬੈਡ ਮੈਰਿਜ ਉਹਨੇ ਤੋੜੀ ਸਾਨੂੰ ਰੀਲੀਫ ਮਿਲੀ ਤੇ ਹੁਣ ਇਹ ਡਿਵੋਰਸ ਹੋਇਆ ਜਾਂ ਕਈ ਵਾਰ ਹੁੰਦਾ ਨਾ ਕਿ ਡਿਵੋਰਸ ਤੋਂ ਪਹਿਲਾਂ 6 ਮਹੀਨੇ ਦਾ ਟਾਈਮ ਹੁੰਦਾ ਨਹੀਂ ਨਹੀਂ ਇਹ ਤਾਂ ਹੋ ਗਿਆ ਖਤਮ ਹੋਇਆ ਹੁਣ ਨਾ ਦੁਬਾਰਾ ਹੋ ਸਕਦਾ ਕੋਈ ਗੁੰਜਾਇਸ਼ ਹੈ ਸੁਣ ਲਓ ਮੇਰੀ ਗੱਲ ਸੁਣ ਲਓ ਮੈਂ ਮਨੂ ਜਲੰਧਰ ਆਇਆ 8 ਦਿਨ 8ਵਾਂ ਦਿਨ ਆ ਮੇਰਾ ਨੌਨ ਸਟਾਪ ਇੱਥੇ ਸਵੇਰੇ ਤੋਂ ਲੈ ਕੇ ਰਾਤੀ ਤੱਕ ਮੈਂ ਲੋਕਾਂ ਨੂੰ ਮਿਲਣਾ ਮਨੂ ਕਿਸੇ ਇੱਕ ਆਦਮੀ ਨੇ ਨਹੀਂ ਕਿਹਾ ਕੀ ਜੀ ਅਕਾਲੀਸ के साथ हम जुड़ जाएं वो कह रहा है जी बहुत अच्छा है हमारे जितने ਅਸੀਂ ਸੀਗੇ ਨਹੀਂ ਸਾਡੀ ਪ੍ਰੈਜ਼ੈਂਸ ਨਹੀਂ ਸੀਗੇ ਉਸੀ ਉੱਤੇ ਖੜੇ ਹੋ ਰਹਿਆਂ ਉੱਥੇ ਅਸੀਂ ਵਧ ਰਹਿਆਂ ਤੇ ਜਲੰਧਰ ਚ ਜਨਾਵ ਅਸੀਂ ਜਿੱਤਾਂਗੇ ਤੇ ਕੀ ਉਹਦਾ ਕੀ ਮਤਲਬ ਹੋਏਗਾ ਕਿ ਬਹੁਤ ਗਲਤੀ ਕੀਤੀ ਸੀਗੇ ਅਸੀਂ 117 ਸੀਟਾਂ ਸਾਰੀਆਂ ਕਲੀਆਂ ਨਹੀਂ ਲੜੀਆਂ ਨਾ ਸਵਾਲ ਭਾਜਪੀ ਤੇ ਜਦੋਂ ਵਿਰੋਧੀ ਇਲਜ਼ਾਮ ਲਗਾਉਂਦੇ ਕਹਿੰਦੇ ਸਿੱਖ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਪੰਜਾਬ ਦਾ ਨੁਕਸਾਨ ਕਰਦੀ ਸਿੱਖਾਂ ਦਾ ਨੁਕਸਾਨ ਕਰਦੀ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਉਹ ਲੱਗਦੇ ਨੇ ਮੈਂ ਤੁਹਾਨੂੰ ਸ਼ਕਲ ਤੋਂ ਕੀ ਲੱਗਣਾ ਸ਼ਕਲ ਤੋਂ ਤਾਂ ਮੈਂ ਸਿੱਖ ਲੱਗਣਾ ਨਾ ਮੈਨੂੰ ਪੁੱਛਿਆ ਜਾਂਦਾ ਸਿੱਖੀ ਦੇ ਬਾਰੇ ਮੈਂ ਕਹਿੰਦਾ ਇਹ ਸਿੱਖੀ ਦਾ ਠਿਕਾ ਜਿਹੜਾ ਹੈ ਨਾ ਇਹ 셀ਫ ਸਰਟੀਫਿਕੇਸ਼ਨ ਨਹੀਂ ਹੋ ਸਕਦਾ ਮੈਂ ਬੜਾ ਵਧੀਆ ਸਿੱਖਾਂ ਉਹ ਠੀਕ ਨਹੀਂ ਹੈ ਸਿੱਖੀ ਜੋ ਹੈ ਨਾ ਗੁਰੂ ਮਹਾਰਾਜ ਦੀ ਠੀਕ ਹੈ ਤੇ ਉਹ ਜਿਹੜਾ ਸਿੱਖਿਜ਼ਮ ਇੱਕ ਸਿਰਫ ਰਿਲੀਜੀਅਨ ਨਹੀਂ ਹੈ ਇਹ ਦੁਨੀਆ ਬਾਰੇ ਇਟਸ ਵਨ ਆਫ ਦਾ ਮੋਸਟ ਬਿਊਟੀਫੁਲ ਇਕਵੈਲਟੇਰੀਅਨ ਰਿਲੀਜੀਅਨ ਗੁਰੂ ਮਹਾਰਾਜ ਨੇ 500 ਸਾਲ ਪਹਿਲੇ ਜੋ ਸੰਯੁਕਤ ਰਾਸ਼ਟਰ ਨੇ ਅੱਜ ਗੱਲਾਂ ਕੀਤੀਆਂ ਨੇ ਇਹ ਯੂਨ ਵੂਮਨਿਸਟ ਬੈਂਡ ਕੀਤਾ ਇਹ এনवायरमेंटਲ ਪ੍ਰੋਟੈਕਸ਼ਨ ਦੀ ਗੱਲ ਕੀਤੀ ਹੈ ਇਹ ਗੁਰੂ ਮਹਾਰਾਜ ਨੇ 500 ਸਾਲ ਪਹਿਲੇ ਕੀਤਾ ਸੀਗਾ ਤੇ ਉਹ ਚੀਜ਼ਾਂ ਅੱਜ ਆ ਰਹੀਆਂ ਨੇ ਠੀਕ ਹੈ ਸੰਜੀਵਾਰਤਾ ਦਾ ਭਰਮ ਭਾਈ ਦੇਖੋ ਕਿਸੇ ਤਰ੍ਹਾਂ ਦੇਖ ਲਓ ਸਿੱਖ ਰਿਲੀਜਨ ਗੁਰੂ ਦਾ ਲੰਗਰ ਕੋਈ ਵੱਡਾ ਛੋਟਾ ਨਹੀਂ ਹੈ ਸਾਰੇ ਬੈਠ ਕੇ ਜ਼ਮੀਨ ਤੇ ਬੈਠ ਕੇ ਕਰੋ ਲੇਕਿਨ ਜਿਹੜੇ ਜਿਹੜੇ ਲੋਕ ਬੀਜੇਪੀ ਤੇ ਇਲਜ਼ਾਮ ਲਾ ਮੈਂ ਮਨੁੱਖ ਨਹੀਂ ਇਲਜ਼ਾਮ ਲਾਣ ਵਾਲੇ ਮੈਂ ਦੱਸਣਾ ਕੌਣ ਹੈ ਸਾਡੇ ਤੇ ਸਾਰੇ ਸਾਡਾ ਕੋਈ ਕਾਸ ਸਿਸਟਮ ਨਹੀਂ ਹੈ ਅਸੀਂ ਸਾਰੇ ਬਰਾਬਰ ਹਾਂ ਕਾਸ ਅਸੀਂ ਲਿਆ ਬਾਅਦ ਇਹ ਇਹ ਡਿਫਰੈਂਸ਼ੀਏਸ਼ਨ ਅਸੀਂ ਲਾਇਆ ਤੀਜੀ ਗੱਲ ਜੋ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਸਿੱਖ ਕਮਿਊਨਿਟੀ ਨੇ ਜੋ ਕਮਿਊਨੀਕੇਸ਼ਨ ਕਮਿਊਨਿਟੀ ਨੇ ਦੇਸ਼ ਵਾਸਤੇ ਸੈਕਰੀਫਾਈਸਸ ਕੀਤੀਆਂ ਨੇ 2% ਸਾਡੀ ਪੋਪੂਲੇਸ਼ਨ ਨਹੀਂ ਹੈਗੀ पच्ची परसेंट गैलेंट्री अवार्ड मिलते हैं दुनिया बारे कि लड़ाई होनी मैं सिक्योरिटी काउंसिलड कर रहा वारी था वारी था। लड़ाई हो रही थी पता नहीं साइ जत्थे लंगर सेवा करते पता नहीं आके सर्व करते देखो जी दो हजार दस च मैं जो अंबैसडर यूएसए इ ने सा दस्तार शिकागो या कि एयरपोर्ट उन्होंने कहा वॉन्ट टू फील माई टर्ब मैं मना करता है वेरी वेल नोन थिंग मैं लॉज यू कैनोट टच माइ टर्बन आई रिफ्यूज टू गेट ऑन द्लेन मैंने आप कर स्वाटम ठीक है आई स्टूड अपना छह साल का मेरे लंबे वाल सके गुलाब मैर हूं मैं लोग कहते जी तुम तो पापे हो hmm. मतलब अच्छा तो सिख कोटे तो इंटलेक्चुअल हो कमा लिया hmm. कौन सिख है अजय बंगा बन गया hmm. वर्ल्ड बैंक ਦਾ ਪ੍ਰੈਜ਼ੀਡੈਂਟ ਉਹਨਾਂ ਦੇ ਫਾਦਰ ਸਾਹਿਬ ਲੈਫਟਰਨ ਜਨਰਲ ਸੀਗੇ ਆਰਮੀ ਚ ਠੀਕ ਹੈ ਇਲੈਕਟ੍ਰੀਕਲ ਮਕੈਨਿਕਲ ਇੰਜੀਨੀਅਰਸ ਅ ਚੀਫ ਸੀਗੇ ਠੀਕ ਹੈ ਜੀਪੀ ਦੇ ਖਿਲਾਫ ਗੱਲਾਂ ਕਰ ਰਹੇ ਨੇ ਕਿਹਨਾਂ ਨੇ ਸਪੋਰਟ ਕੀਤੀ ਹੈ ਬਾਂਗਾ ਸਾਹਿਬ ਨੇ ਕਿਸ ਨੇ ਕੀਤੀ ਉਹਨਾਂ ਦੀ ਐਜੂਕੇਸ਼ਨ ਹੈ ਵਾਟ ਇਜ਼ ਅ ਪ੍ਰਾਊਡ ਸੀ ਇਸ ਲਈ ਇਹਨਾਂ ਨੂੰ ਜਾ ਕੇ ਸੈਲਫ ਸਰਟੀਫਿਕੇਸ਼ਨ ਦੇਣਾ ਜਦੋਂ ਸਰੋਪ ਸਾਹਿਬ ਆਰਐਸ ਸੀਗਾ ਅਫਗਾਨਿਸਤਾਨ ਮੰੁਨ ਪ੍ਰਧਾਨ ਮੰਤਰੀ ਜੀ ਨੇ ਭੇਜਿਆ ਸੀ ਉਠਾ ਕੇ ਲਾ ਕੇ ਇਹ ਲੋਕ ਸਿੱਕੀ ਦੇ ਨਾਂ ਤੇ ਠੇਕੇਦਾਰੀ ਕਰਨਾ ਚਾਹੁੰਦੇ ਨੇ ਨਾ ਤਾਂ ਸ਼ਕਲ ਤੋਂ ਸਿੱਖ ਲੱਗਦੇ ਨਾ ਤੇ ਨਾ ਆਪਣੀਆਂ ਕਰਤੂਤਾਂ ਤੋਂ ਮਤਲਬ ਜਿਹੜਾ ਨਸ਼ਾ ਹਾਂ ਮੈਂ ਕਿਸੇ ਦਾ ਵੀ ਨਹੀਂ ਕਰ ਰਿਹਾ ਕਿਸੇ ਦਾ ਵੀ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਦਾ ਦੇਖ ਲਓ ਕਿਸੇ ਦਾ ਕਾਂਗਰਸ ਦਾ ਦੇਖ ਲਓ ਇਹਨਾਂ ਚ ਕਿੰਨੇ ਸਿੱਖ ਹੈਗੇ ਮੈਨੂੰ ਦੱਸਣਾ ਫਿਰ ਤੁਸੀਂ ਕਹਿਣਾ ਕਿ ਅਸੀਂ ਸਿੱਖੀ ਵਿਰੋਧਾ ਬੀਜੇਪੀ ਇੱਕ ਐਸੀ ਪਾਰਟੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਹਮੇਸ਼ਾ ਔਰ ਮਾਨ ਨੇ ਮੋਦੀ ਜੀ ਨੇ 2014 ਜਿਹੜੀਆਂ ਸਾਡੀਆਂ ਡਿਮਾਂਡ ਸੀ ਇਹਨਾਂ ਨੇ ਸਾਰੀਆਂ ਪੂਰੀਆਂ ਕਹਿੰਦੇ ਬੰਦੀ ਸਿੰਘ ਰਿਹਾ ਕਰੋ ਐ ਜੀ ਪੀ ਸੀ ਨੇ ਵੀ ਅਮੇਸ਼ਾ ਹੋਰਾਂ ਦੇ ਸਾਹਮਣੇ ਉਸ ਦਿਨ ਮੰਗਿਆ ਉਹ ਤਾਂ ਕੀਤਾ ਉਹ ਅਫਸੋਸ ਤਾਂ ਅੰਤਿਮ ਅਰਦਾਸ ਦਾ ਮੌਕਾ ਸੀ ਉਹ ਉਹਨਾਂ ਉਹਨੂੰ ਵੀ ਪੋਲਿਟੀਕਲ ਬਣਾ ਲਿਆ ਜੋ ਕਰਨਾ ਹੈ ਉਹ ਹੋਏਗਾ ਕੇਂਦਰ ਸਰਕਾਰ ਕਰੇਗੀ ਸੁਪਰੀਮ ਕੋਰਟ ਇੱਕ ਚੀਜ਼ ਹੈ ਬਾਕੀ ਦੂਜੀਆਂ ਚੀਜ਼ਾਂ ਨੇ ਇਹਨਾਂ ਨੂੰ ਜ਼ਰਾ ਅਕਲ ਨਾਲ ਤੇ ਮੈਚਿਓਰਿਟੀ ਨਾਲ ਸਟੈਂਡ ਲੈਣਾ ਪਏਗਾ ਸਾਨੂੰ